ਬੀਤੇ ਕੁਝ ਦਿਨ ਪਹਿਲਾਂ ਪਟਿਆਲਾ ਤੇ ਰਾਜਪੁਰਾ ਤੋਂ ਲਾਪਤਾ ਹੋਏ ਬੱਚਿਆਂ ਦੇ ਮਾਮਲੇ 'ਚ ਪੁਲਿਸ ਨੂੰ ਅਜੇ ਹੱਥ ਵੱਸ ਕੁਝ ਨਹੀਂ ਲੱਗਿਆ ਸੀ ਤੇ ਅਚਾਨਕ ਹੁਣ ਪਟਿਆਲਾ 'ਚ ਇੱਕ ਹੋਰ ਬੱਚੇ ਦੇ ਲਾਪਤਾ ਹੋਣ ਦੇ ਮਾਮਲੇ ਨੇ ਪੁਲਿਸ ਦੀਆਂ ਮੁਸ਼ਕਿਲਾਂ ਹੋਰ ਵਧਾ ਦਿੱਤੀਆਂ ਨੇ। ਜੀ ਹਾਂ, ਹੁਣ ਜੇ ਗੱਲ ਪਟਿਆਲਾ ਦੀ ਕੀਤੀ ਜਾਵੇ ਤਾਂ ਇੱਥੋਂ ਦੀ ਅਨਾਜ ਮੰਡੀ ਦਾ ਰਹਿਣ ਵਾਲਾ 16 ਸਾਲਾ ਹਰਦੀਪ ਅਚਾਨਕ ਲਾਪਤਾ ਹੋ ਗਿਆ, ਜਿਸ ਤੋਂ ਬਾਅਦ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਬੱਚੇ ਦੇ ਅਗਵਾ ਹੋ ਜਾਣ ਦਾ ਸ਼ੱਕ ਜਤਾਇਆ। ਜਾਣਕਾਰੀ ਮੁਤਾਬਿਕ ਇਹ ਬੱਚਾ ਘਰੋਂ ਆਪਣੇ ਦੋਸਤ ਦੇ ਘਰ ਗਿਆ ਸੀ, ਜਿਸ ਤੋਂ ਬਾਅਦ ਵਾਪਿਸ ਨਹੀਂ ਪਰਤਿਆ। ਹੋਇਆ ਕੁਛ ਨਹੀਂ ਰਾਜੇ, ਮੇਰਾ ਪੋਤਰਾ ਘਰ ਬੈਠਾ ਸੀ ਨਾ, ਮਾਂ ਕਹਿੰਦੀ ਰੋਟੀ ਖਾ ਲਿਆ, ਆਦਾ ਮੈਂ ਕਿਸੇ ਦੋਸਤ ਦੇ ਘਰੋਂ ਕਾਪੀ ਲਿਆ ਬਈ ਮੈਂ ਕੰਮ ਕਰਨਾ, ਅਤੇ ਅੱਜ ਸਕੂਲ ਨਹੀਂ ਗਿਆ, ਉਹ ਕੋਈ ਮੇਲਾ ਸੀ ਨਾ, ਮੈਡਮਾਂ ਨੇ ਕਿਹਾ ਮੁੰਡੇ ਨਾ ਆਉਣ ਅਤੇ ਕੁੜੀਆਂ ਆਉਣ, ਉਹ ਧੀਆਂ ਦਾ ਮੇਲਾ ਸੀ, ਅਤੇ ਉਹ ਪੋਤਰਾ ਮੇਰਾ ਕਾਪੀ ਲੈਣ ਗਿਆ ਗੁਰੂ ਨਾਨਕ ਨਗਰ, 11 ਵਜੇ ਦਾ ਗਿਆ, ਅਜੇ ਤਾਂ ਹੀ ਆਇਆ। ਕਿੰਨੀ ਕੁ ਉਮਰ? 16-17 ਸਾਲ ਦਾ। ਕਿਹੜੀ ਕਲਾਸ ਪੜ੍ਹਦਾ? 12ਵੀਂ 'ਚ ਪੜ੍ਹਦਾ। ਅਤੇ ਹੁਣ ਤੁਹਾਨੂੰ ਕੀ ਸ਼ੱਕ ਹੈਗਾ, ਕੀ ਕਾਰਨ? ਸਾਨੂੰ ਇਹ ਸ਼ੱਕ ਵੀ ਕੋਈ ਫੜ ਕੇ ਨਾ ਲੈ ਗਿਆ। ਖੈਰ, ਹੁਣ ਜੋ ਵੀ ਹੋਵੇ, ਪਰ ਦਿਨ ਪ੍ਰਤੀ ਦਿਨ ਬੱਚਿਆਂ ਦਾ ਲਾਪਤਾ ਹੋ ਜਾਣਾ ਜਾਂ ਫਿਰ ਅਗਵਾ ਹੋ ਜਾਣਾ ਜ਼ਰੂਰ ਪੁਲਿਸ ਪ੍ਰਸ਼ਾਸਨ ਦੀਆਂ ਨਾਕਾਮੀਆਂ ਨੂੰ ਦਰਸਾਉਂਦਾ ਹੈ। ਪਟਿਆਲਾ ਤੋਂ ਹਰਕਮਲ ਬਾਜਵਾ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ 'ਤੇ ਜਾਣਾ ਚਾਹੁੰਦੇ ਹੋ ਤਾਂ ਜਨਵਰੀ 2020 ਦੇ ਦਾਖਲੇ ਖੁੱਲ੍ਹ ਚੁੱਕੇ ਹਨ। ਯੂਨੋ SDS, non-SDS, ਯੂਨੀਵਰਸਿਟੀ ਪ੍ਰਣਾਲੀ ਦੇ ਅੰਦਰ ਤੁਸੀਂ ਜਨਵਰੀ ਸੈਸ਼ਨ ਦੇ ਲਈ ਦਾਖਲਾ ਲੈ ਕੇ ਟਾਈਮ ਸਿਰ ਆਪਣਾ ਵੀਜ਼ਾ ਫਾਈਲ ਕਰ ਸਕਦੇ ਹੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰ ਸਕਦੇ ਹੋ।